ਚਰਨਜੀਤ ਕੌਰ ਦੇ ਹੱਕ ਵਿੱਚ ਘਰ ਘਰ ਕੀਤਾ ਚੋਣ ਪ੍ਰਚਾਰ। ਬਲਾਕ ਨੂਰ ਮਹਿਲ ਦੇ ਪਿੰਡ ਉੱਪਲ ਖਾਲਸਾ ਦੇ ਸਰਪੰਚ ਦੇ ਅਹੁਦੇ ਦੇ ਉਮੀਦਵਾਰ ਚਰਨਜੀਤ ਕੌਰ ਅਤੇ ਉਹਨਾਂ ਦੀ ਟੀਮ ਦੇ ਪੰਚ ਦੇ ਅਹੁਦੇ ਦੇ ਸਮੂਹ ਉਮੀਦਵਾਰਾਂ ਦੇ ਹੱਕ ਵਿੱਚ ਘਰ ਘਰ ਚੋਣ ਪ੍ਰਚਾਰ ਕੀਤਾ ਗਿਆ। ਇਸ ਮੌਕੇ 'ਤੇ ਚਰਨਜੀਤ ਕੌਰ ਨੇ ਪਿੰਡ ਵਾਸੀ ਸਮੂਹ ਵੋਟਰਾਂ ਨੂੰ ਆਪਣੇ ਹੱਕ ਵਿੱਚ ਸਮਰਥਨ ਦੀ ਅਪੀਲ ਕਰਦਿਆਂ ਕਿਹਾ ਕਿ ਅਗਰ ਉਹਨਾਂ ਨੂੰ ਸਰਪੰਚ ਬਣਨ ਦਾ ਮੌਕਾ ਮਿਲਦਾ ਹੈ ਤਾਂ ਉਹ ਪਿੰਡ ਦੇ ਵਿਕਾਸ ਕਾਰਜ ਬਿਨਾਂ ਕਿਸੇ ਵੀ ਭੇਦਭਾਵ ਅਤੇ ਪਾਰਟੀਵਾਦੀ ਤੋਂ ਉੱਪਰ ਉੱਠ ਕੇ ਕਰਵਾਉਣਗੇ। ਇਸ ਮੌਕੇ 'ਤੇ ਉਹਨਾਂ ਕਿਹਾ ਕਿ ਜਿਨ੍ਹਾਂ ਵੀ ਵੋਟਰਾਂ ਨੇ ਉਹਨਾਂ ਉੱਪਰ ਭਰੋਸਾ ਕਰਦੇ ਹੋਏ ਉਹਨਾਂ ਨੂੰ ਸਰਪੰਚ ਦੇ ਅਹੁਦੇ ਦਾ ਉਮੀਦਵਾਰ ਨਿਯੁਕਤ ਕੀਤਾ ਹੈ, ਉਹ ਉਹਨਾਂ ਦੇ ਵਿਸ਼ਵਾਸ 'ਤੇ ਉਹਨਾਂ ਦੇ ਭਰੋਸੇ 'ਤੇ ਪੂਰੀ ਤਰ੍ਹਾਂ ਖਰਾ ਉਤਰਨਗੇ। ਇਸ ਮੌਕੇ 'ਤੇ ਉਹਨਾਂ ਕਿਹਾ ਕਿ ਮੈਂ ਅਤੇ ਮੇਰੀ ਟੀਮ ਵੱਲੋਂ ਬਿਨਾਂ ਕਿਸੇ ਭੇਦਭਾਵ ਦੇ ਹਰ ਤਬਕੇ ਦੇ ਪਿੰਡ ਦੇ ਵਿਕਾਸ ਵਾਸਤੇ, ਬਿਹਤਰੀ ਦੇ ਵਿਕਾਸ ਵਾਸਤੇ ਕਾਰਜ ਕੀਤੇ ਜਾਣਗੇ। ਇਸ ਮੌਕੇ 'ਤੇ ਮਲਕੀ ਸਿੰਘ ਸਾਬਕਾ ਸਰਪੰਚ, ਤੇਜਾ ਸਿੰਘ ਸਾਬਕਾ ਸਰਪੰਚ, ਮੋਹਨ ਲਾਲ ਸਾਬਕਾ ਸਰਪੰਚ, ਪਰਮਜੀਤ ਉੱਪਲ ਨੰਬਰਦਾਰ, ਤਰਸੇਮ ਲਾਲ, ਲਛਮਣ ਸਿੰਘ ਨੰਬਰਦਾਰ, ਲਖਵੀਰ ਸਿੰਘ ਸ਼ੀਰ ਪ੍ਰਧਾਨ ਛਿੰਝ ਕਮੇਟੀ, ਤਰਪ੍ਰੀਤ ਸਿੰਘ ਵਾਈਸ ਪ੍ਰਧਾਨ, ਬਲਵੀਰ ਸਿੰਘ ਸਾਬਕਾ ਪੰਚ, ਦੇਸਰਾਜ ਕਲੇਰ, ਜਰਨੈਲ ਸਿੰਘ ਸਾਬਕਾ ਪੰਚ, ਅਮਰਜੀਤ ਸਿੰਘ ਸਾਬਕਾ ਪੰਚ, ਦਵਿੰਦਰ ਕੌਰ, ਕਮਲਪ੍ਰੀਤ ਕੌਰ, ਗੁਰਪ੍ਰੀਤ ਕੌਰ, ਜਸਵੀਰ ਸਿੰਘ ਉੱਪਲ, ਮੰਗਲ ਸਿੰਘ ਉੱਪਲ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਵੋਟਰ ਅਤੇ ਸਪੋਟਰ ਹਾਜ਼ਰ ਸਨ। ਬਲਾਕ ਨੂਰ ਮਹਿਲ ਦੇ ਪਿੰਡ ਉੱਪਲ ਖਾਲਸਾ ਤੋਂ ਲਾਈਵ ਪੰਜਾਬ 99 ਚੈਨਲ ਦੀ ਵਿਸ਼ੇਸ਼ ਰਿਪੋਰਟ। ਲਾਈਵ ਪੰਜਾਬ 99 ਚੈਨਲ ਦੇਖ ਰਹੇ ਸਮੂਹ ਦਰਸ਼ਕਾਂ ਨੂੰ ਸਤਿ ਸ਼੍ਰੀ ਅਕਾਲ। ਜਿਵੇਂ ਕਿ ਪੰਜਾਬ ਦੇ ਵਿੱਚ ਪੰਚਾਇਤੀ ਚੋਣਾਂ ਦਾ ਦੌਰ ਚੱਲ ਰਿਹਾ ਹੈ, ਜਿਵੇਂ ਜਿਵੇਂ ਵੋਟਾਂ ਦਾ ਦਿਨ ਨਜ਼ਦੀਕ ਆ ਰਿਹਾ ਹੈ, ਉਵੇਂ ਉਵੇਂ ਜਿਹੜਾ ਚੋਣ ਪ੍ਰਚਾਰ ਆ ਉਮੀਦਵਾਰਾਂ ਵੱਲੋਂ ਤੇਜ਼ ਕੀਤਾ ਜਾ ਰਿਹਾ। ਇਸ ਟਾਈਮ ਸਾਡੀ ਟੀਮ ਪਹੁੰਚੀ ਹੋਈ ਆ ਪਿੰਡ ਉੱਪਲ ਖਾਲਸਾ ਨੂਰ ਮਹਿਲ ਦੇ ਬਲਾਕ ਦੇ ਵਿੱਚ, ਜਿੱਥੇ ਜਿਹੜੇ ਇਸ ਪਿੰਡ ਦੇ ਸਰਪੰਚ ਦੇ ਉਮੀਦਵਾਰ ਮੈਡਮ ਚਰਨਜੀਤ ਕੌਰ, ਜਿਹੜੇ ਪੜ੍ਹੇ ਲਿਖੇ ਉਮੀਦਵਾਰ ਆ, ਔਰ ਉਹਨਾਂ ਦੇ ਹੱਕ ਦੇ ਵਿੱਚ ਜਿਹੜੇ ਪਿੰਡ ਵਾਸੀ ਉਹਨਾਂ ਦੇ ਸਮਰਥਕਾਂ ਵੱਲੋਂ ਅਤੇ ਖਾਸ ਤੌਰ 'ਤੇ ਬੀਬੀਆਂ ਦੇ ਵੱਲੋਂ ਦੌਰ ਪ੍ਰਚਾਰ ਕੀਤਾ ਜਾ ਰਿਹਾ, ਔਰ ਉਹਨਾਂ ਦੇ ਹੱਕ ਦੇ ਵਿੱਚ ਪ੍ਰਚਾਰ ਸ਼ੁਰੂ ਆ ਚੱਲ ਰਿਹਾ ਹੈ। ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਜੀ, ਮੈਂ ਪਿੰਡ ਉੱਪਲ ਖਾਲਸਾ ਤੋਂ, ਮੇਰਾ ਨਾਮ ਚਰਨਜੀਤ ਕੌਰ ਆ। ਮੈਨੂੰ ਪਿੰਡ ਦੇ ਸਮੂਹ ਨਿਵਾਸੀਆਂ ਨੇ ਆਪਣੇ ਵੱਲੋਂ ਚੁਣਿਆ ਗਿਆ ਆ। ਜੋ ਵੀ ਪਿੰਡ ਦੇ ਅਧੂਰੇ ਕੰਮ ਨੇ, ਮੈਂ ਉਹਨਾਂ ਨੂੰ ਮਤਲਬ ਵਧੀਆ ਤਰੀਕਾ ਨਾਲ ਅਸੀਂ ਕਰਾਂਗੇ। ਲਓ ਜੀ, ਮੇਰੇ ਨਾਲ ਨੇ ਇਸ ਟਾਈਮ ਮਨੀਸ਼ ਕੁਮਾਰ ਜੀ, ਅਤੇ ਜਿਨ੍ਹਾਂ ਦੇ ਵਾਈਫ ਇਹ ਸਰਪੰਚ ਦੀ ਚੋਣ ਦੇ ਉਮੀਦਵਾਰ ਆ, ਅਤੇ ਤੁਹਾਡੇ ਨਾਲ ਆਪਣੇ ਵਿਚਾਰ ਸਾਂਝੇ ਕਰਨਗੇ। ਮਨੀਸ਼ ਕੁਮਾਰ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਿੰਡ ਵਾਸੀਆਂ ਨੇ ਸਾਡੀ ਸੇਵਾ ਲਾਈ ਆ, ਪੰਚਾਇਤ ਨੇ, ਪਿੰਡ ਵਾਲਿਆਂ ਨੇ ਦਿੱਤਾ ਆ ਵੀ ਅਸੀਂ ਨਗਰ ਦੀ ਵੱਧ ਤੋਂ ਵੱਧ ਜਿੰਨੀ ਵੀ ਸਾਡੀ ਤੋਂ ਸੇਵਾ ਹੋਊਗੀ ਅਸੀਂ ਵੱਧ ਤੋਂ ਵੱਧ ਕਰਾਂਗੇ। ਜਿਹੜੇ ਪਿੰਡ ਦੇ ਅਧੂਰੇ ਕੰਮ ਰਹਿੰਦੇ ਆ ਉਹ ਸਾਰੇ ਕਰਾਂਗੇ। ਸਤਿ ਸ਼੍ਰੀ ਅਕਾਲ ਸਾਰਿਆਂ ਨੂੰ, ਮੈਂ 2 ਨੰਬਰ ਵਾਰਡ ਤੋਂ ਖੜ੍ਹਾ, ਭਜਨ ਦਾਸ ਮੇਰਾ ਨਾਮ ਹੈ, ਪੰਚੀ ਦੀ ਵੋਟ ਪੰਚੀ ਦੇ। ਅਤੇ ਸਭ ਨੂੰ, ਸਾਰੇ ਜੋ ਪਿੰਡ ਦੇ ਅਧੂਰੇ ਕੰਮ ਆ ਉਹ ਸਾਰੇ ਅਸੀਂ ਪੂਰੇ ਕਰਾਂਗੇ।
ਹਰ ਇੱਕ ਨਾਲ ਪ੍ਰੇਮ ਭਾਵਨਾ ਰਵਾਂਗੇ, ਕਿਸੇ ਨਾਲ ਸਾਡਾ ਕੋਈ ਵੈਰ ਵਿਰੋਧ ਨਹੀਂ ਹੋਊਗਾ, ਅਤੇ ਬਾਕੀ ਕਿਸੇ ਦੇ ਨਾਲ ਕੋਈ ਨਫ਼ਰਤ ਨਹੀਂ, ਚਾਹੇ ਕੋਈ ਦੂਸਰੀ ਪਾਰਟੀ ਬਾਜੀ ਸਾਡੇ ਵਿੱਚ ਕੋਈ ਨਹੀਂ ਹੋਊਗੀ। ਸਾਰੇ ਪਿੰਡ ਦੇ ਕੰਮ ਜੋ ਲੈਂਦੇ ਆ ਉਹ ਕਰਾਂਗੇ ਪੂਰੇ। ਵਾਹਿਗੁਰੂ ਜੀ ਕੀ ਫਤਿਹ। ਮੇਰਾ ਨਾਮ ਤਰਪ੍ਰੀਤ ਸਿੰਘ ਆ, ਮੇਰੀ ਵਾਈਫ ਦਵਿੰਦਰ ਕੌਰ 5 ਨੰਬਰ ਵਾਰਡ 'ਚੋਂ ਪੰਚੀ ਦੀ ਉਮੀਦਵਾਰ ਹੈ। ਮੈਂ ਸਾਰੇ ਪਿੰਡ ਵਾਸੀਆਂ ਦਾ ਧੰਨਵਾਦ ਕਰਦਾ ਜਿਨ੍ਹਾਂ ਨੇ ਸਾਨੂੰ ਸੇਵਾ ਦਾ ਮੌਕਾ ਬਖਸ਼ਿਆ। ਮੈਂ ਸਾਰੇ ਪਿੰਡ ਵਾਸੀਆਂ ਨੂੰ ਅਪੀਲ ਕਰਦਾ ਵੱਧ ਤੋਂ ਵੱਧ ਪੰਚੀ ਲਈ ਅਤੇ ਸਰਪੰਚੀ ਲਈ। 5 ਨੰਬਰ ਵਾਰਡ ਤੋਂ ਸਾਡਾ ਪੰਚੀ ਦਾ ਚੋਣ ਨਿਸ਼ਾਨ ਪ੍ਰੈਸ ਆ ਜੀ, ਅਤੇ ਸਾਡਾ ਸਰਪੰਚੀ ਦਾ ਚੋਣ ਨਿਸ਼ਾਨ ਟਰੈਕਟਰ ਆ। ਮੈਂ ਬੇਨਤੀ ਕਰਦਾ ਸਾਰਿਆਂ ਨੂੰ ਕਿ ਵੱਧ ਤੋਂ ਵੱਧ ਇਹਨਾਂ ਨਿਸ਼ਾਨਾਂ 'ਤੇ ਮੋਹਰਾਂ ਲਾ ਕੇ ਸਾਨੂੰ ਕਾਮਯਾਬ ਬਣਾਓ, ਤਾਂ ਜੋ ਕਿ ਅਸੀਂ ਡਿਵੈਲਪਮੈਂਟ ਦੇ ਕੰਮ ਜਾਂ ਸਾਡੇ ਪਿੰਡ 'ਚ ਜਿਹੜੇ ਕੋਈ ਵੀ ਅਧੂਰੇ ਕੰਮ ਰਹਿ ਗਏ ਹਨ ਉਹ ਅਸੀਂ ਵੱਧ ਤੋਂ ਵੱਧ, ਜਿਹੜੀ ਸਾਡੀ ਟੀਮ ਆ, ਨੌਜਵਾਨ ਟੀਮ ਆ, ਅਸੀਂ ਵੱਧ ਤੋਂ ਵੱਧ ਆਪਣੀ ਸੋਚ ਅਨੁਸਾਰ ਵੱਧ ਤੋਂ ਵੱਧ ਡਿਵੈਲਪਮੈਂਟ 'ਤੇ ਕੰਮ ਕਰਾਂਗੇ। ਮੈਂ ਧੰਨਵਾਦ ਕਰਦਾ ਸਾਰੇ ਵੋਟਰਾਂ ਦਾ, ਸੂਝਵਾਨ ਸੱਜਣਾਂ ਦਾ, ਸਾਰੇ ਮਿੱਤਰਾਂ ਦਾ, ਮੇਰੇ ਸਹਿਯੋਗੀ ਸਾਰੇ ਖੜ੍ਹੇ ਆ। ਮੈਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਜਿਨ੍ਹਾਂ ਨੇ ਸੇਵਾ ਦਾ ਮੌਕਾ ਬਖਸ਼ਿਆ। ਵਾਹਿਗੁਰੂ ਜੀ ਕਾ ਖਾਲਸਾ, ਸ੍ਰੀ ਵਾਹਿਗੁਰੂ ਜੀ ਕੀ ਫਤਿਹ। ਹਾਂਜੀ, ਮੇਰੇ ਨਾਲ ਮੈਡਮ 5 ਨੰਬਰ ਵਾਰਡ ਤੋਂ ਦਵਿੰਦਰ ਕੌਰ ਜੀ, ਜਿਹੜੇ ਪੰਛੀ ਦੇ ਉਮੀਦਵਾਰ ਨੇ, ਉਹ ਵੀ ਤੁਹਾਡੇ ਨਾਲ ਆਪਣੇ ਵਿਚਾਰ ਸਾਂਝੇ ਕਰਨਗੇ। ਮੈਂ ਦਵਿੰਦਰ ਕੌਰ 5 ਨੰਬਰ ਵਾਰਡ ਵਿੱਚੋਂ ਪੰਛੀ ਦੀ ਉਮੀਦਵਾਰ ਚੁਣੀ ਗਈ ਹਾਂ। ਮੈਂ ਧੰਨਵਾਦ ਕਰਦੀ ਹਾਂ ਸਾਰੇ ਪਿੰਡ ਵਾਸੀਆਂ ਦਾ ਜਿਨ੍ਹਾਂ ਨੇ ਮੈਨੂੰ ਇਸ ਕਾਬਿਲ ਸਮਝਿਆ ਕਿ ਮੈਂ ਉਹਨਾਂ ਦੀ ਸੇਵਾ ਕਰ ਸਕਾਂ, ਅਤੇ ਮੈਂ ਪੰਛੀ ਦੀ ਚੋਣ ਲਈ ਅਪੀਲ ਕਰਦੀ ਹਾਂ ਬਾਕੀ ਸਾਰੇ ਆਪਣੇ ਵੋਟਰਾਂ ਨੂੰ ਕਿ ਉਹ ਮੈਨੂੰ ਵੱਧ ਤੋਂ ਵੱਧ ਸਹਿਯੋਗ ਦੇਣ ਤਾਂ ਕਿ ਮੈਂ ਉਹਨਾਂ ਦੀ ਸੇਵਾ ਕਰ ਸਕਾਂ ਅਤੇ ਪਿੰਡ ਦੇ ਅਧੂਰੇ ਕੰਮਾਂ ਨੂੰ ਪੂਰਾ ਕਰ ਸਕਾਂ, ਅਤੇ ਸਾਨੂੰ ਨਵੀਂ ਪੀੜ੍ਹੀ ਨੂੰ ਮੌਕਾ ਦਿੱਤਾ ਜਾਵੇ ਤਾਂ ਕਿ ਅਸੀਂ ਆਪਣੀ ਨਵੀਂ ਸੋਚ ਦੇ ਆਧਾਰ 'ਤੇ ਪਿੰਡ ਦਾ ਵੱਧ ਤੋਂ ਵੱਧ ਡਿਵੈਲਪਮੈਂਟ ਕਰ ਸਕੀਏ ਅਤੇ ਵੱਧ ਤੋਂ ਵੱਧ ਨਵੀਆਂ ਸਕੀਮਾਂ ਪਿੰਡ 'ਚ ਸ਼ੁਰੂ ਕਰ ਸਕੀਏ। ਧੰਨਵਾਦ।